लेकिन मैम जिस तरह शहर वासियों नू लेके लगातार डेवलपमेंट दी तुसी भी गल कीती कि नारेबाजी ना करो, शहर दी डेवलपमेंट बहुत जरूरी है। वेरी राइट, ਨਾਰਿਆਂ ਨਾਲ ਕੀ ਹੁੰਦਾ? ਜਦੋਂ ਤੁਸੀਂ ਜਵਾਨੀ ਦੇ ਵੀ ਗੱਲ ਕੀਤੀ ਸੀ ਗੁਰਪ੍ਰੀਤ ਗਾਬੀ, ਕਿ ਜਵਾਨ ਨਾਲ ਕੁਝ ਨਹੀਂ ਹੁੰਦਾ, ਮੈਂ ਬਹੁਤ ਦੇਖੀ। ਨਹੀਂ ਉਹਦਾ ਗਲਾ ਖਰਾਬ ਸੀ, ਮੈਂ ਕਿਹਾ ਉਹਦਾ ਗਲਾ ਖਰਾਬ ਹੋਣਾ, ਗੋਲੀ ਗੋਲੀ ਖਵਾ ਦਿਓ, ਕਿੰਨੇ ਕੋ ਨਾਰੇ ਲਾਏ ਉਸ ਮੁੰਡੇ ਨੇ। ਫਿਰ ਕਹਿੰਦਾ ਕੋਈ ਗੱਲ ਨੀ ਜਵਾਨ ਹੈ। ਮੈਂ ਕਿਹਾ ਜਵਾਨ ਤੇ ਬੁੱਢੇ ਦੀ ਗੱਲ ਨੀ ਹੈਗੀ, ਮੈਂ ਬਹੁਤ ਬੁੱਢਿਆਂ ਨੂੰ ਵੀ ਨਾਰੇ ਲਾਉਂਦੇ ਦੇਖਿਆ। ਕਿਰਨ ਮੈਮ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਬੀਜੇਪੀ ਦੇ ਕਾਉਂਸਲਰ, ਆਮ ਆਦਮੀ ਪਾਰਟੀ ਕਾਉਂਸਲਰ ਇੱਥੇ ਜਾ ਰਹੇ ਹੈ, ਫਿਰ ਉੱਧਰ ਜਾ ਰਹੇ ਹੈ। ਹੈਡੇਕ, ਮੈਂ ਇਹਦੇ ਤੇ ਕਮੈਂਟ ਵੀ ਨੀ ਕਰਨਾ ਚਾਹੁੰਦੀ ਤੇ ਕੁਛ ਕਹਿਣਾ ਵੀ ਨੀ ਚਾਹੁੰਦੀ। ਮੈਨੂੰ ਤਾਂ ਤੁਸੀਂ ਮਾਫ਼ ਹੀ ਕਰੋ, ਤੰਗ ਆ ਗਈ ਆ ਮੈਂ, ਛੱਡੋ ਪਰੇ। ਲੱਗਦਾ ਨਹੀਂ ਮੈਮ ਚੰਡੀਗੜ੍ਹ ਦੀ ਜਨਤਾ ਵੀ ਤੰਗ ਆ ਚੁੱਕੀ ਹੈ? ਨਹੀਂ ਜੀ, ਆਏ ਨੀ ਤਾਂ ਆ ਜਾਊਗੀ ਤੰਗ। ਉਹਨਾਂ ਨੇ ਵੋਟ ਪਾ ਕੇ ਸਾਰਿਆਂ ਨੂੰ ਜਿਤਾਇਆ, ਦੇ ਡਿਜ਼ਰਵ ਇਟ। ਕਈ ਮੁੱਦੇ ਨੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ, ਤੁਸੀਂ ਵੀ ਬਾਰ ਬਾਰ ਇਹੀ ਕਹਿੰਦੇ ਹੋ ਕਿ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ, ਰਾਜਨੀਤੀ ਛੱਡ ਕੇ। ਬਿਲਕੁਲ, ਕੋਈ ਵੀ ਹੋ, ਮੈਨੇ ਤਾਂ ਕਿਤਨੇ ਕਾਂਗਰਸ ਕਾਉਂਸਲਰਸ ਕੇ ਵਾਰਡਸ ਮੇ ਇਤਨਾ ਕੁਛ ਬਨਵਾਇਆ ਹੈ, ਕਿਉਂਕਿ ਉਧਰ ਲੋਕ ਰਹਿਤੇ ਹੈ ਚੰਡੀਗੜ੍ਹ ਕੇ, ਵੋ ਉਨਕੇ ਲਈ ਹੈ ਵੋ ਚੀਜ਼ੇ, ਤੋ ਬਨਵਾਨੀ ਚਾਹੀਏ ਹਮਕੋ, ਇਸਮੇ ਥੋੜੀ ਪਾਰਟੀਬਾਜ਼ੀ ਕਰਨੀ ਹੈ। ਮੈਮ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਲੈ ਕੇ ਲਗਾਤਾਰ ਡਿਵੈਲਪਮੈਂਟ ਦੀ ਤੁਸੀਂ ਵੀ ਗੱਲ ਕੀਤੀ ਕਿ ਨਾਰੇਬਾਜ਼ੀ ਨਾ ਕਰੋ, ਸ਼ਹਿਰ ਦੀ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ। ਵੈਰੀ ਰਾਈਟ, ਨਾਰਿਆਂ ਨਾਲ ਕੀ ਹੁੰਦਾ? ਤੁਸੀਂ ਜਵਾਨੀ ਦੇ ਵੀ ਗੱਲ ਕੀਤੀ ਸੀ ਗੁਰਪ੍ਰੀਤ ਗਾਬੀ, ਕਿ ਜਵਾਨ ਨਾਲ ਕੁਛ ਨਹੀਂ ਹੁੰਦਾ, ਮੈਂ ਬਹੁਤ ਦੇਖੀ। ਨਹੀਂ ਉਹਦਾ ਗਲਾ ਖਰਾਬ ਸੀ, ਮੈਂ ਕਿਹਾ ਉਹਦਾ ਗਲਾ ਖਰਾਬ ਹੋਣਾ, ਗੋਲੀ ਗੋਲੀ ਖਵਾ ਦਿਓ, ਕਿੰਨੇ ਕੋ ਨਾਰੇ ਲਾਏ ਉਸ ਮੁੰਡੇ ਨੇ। ਫਿਰ ਕਹਿੰਦਾ ਕੋਈ ਗੱਲ ਨੀ ਜਵਾਨ ਹੈ, ਮੈਂ ਕਿਹਾ ਜਵਾਨ ਤੇ ਬੁੱਢੇ ਦੀ ਗੱਲ ਨੀ ਹੈਗੀ, ਮੈਂ ਬਹੁਤ ਬੁੱਢਿਆਂ ਨੂੰ ਵੀ ਨਾਰੇ ਲਾਉਂਦੇ ਦੇਖਿਆ। ਕਿਰਨ ਮੈਮ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਬੀਜੇਪੀ ਦੇ ਕਾਉਂਸਲਰ, ਆਮ ਆਦਮੀ ਪਾਰਟੀ ਕਾਉਂਸਲਰ ਇੱਥੇ ਜਾ ਰਹੇ ਹੈ, ਫਿਰ ਉੱਧਰ ਜਾ ਰਹੇ ਹੈ। ਹੈਡੇਕ, ਮੈਂ ਇਹਦੇ ਤੇ ਕਮੈਂਟ ਵੀ ਨੀ ਕਰਨਾ ਚਾਹੁੰਦੀ ਤੇ ਕੁਛ ਕਹਿਣਾ ਵੀ ਨੀ ਚਾਹੁੰਦੀ। ਮੈਨੂੰ ਤਾਂ ਤੁਸੀਂ ਮਾਫ਼ ਹੀ ਕਰੋ, ਤੰਗ ਆ ਗਈ ਆ ਮੈਂ, ਛੱਡੋ ਪਰੇ। ਲੱਗਦਾ ਨਹੀਂ ਮੈਮ ਚੰਡੀਗੜ੍ਹ ਦੀ ਜਨਤਾ ਵੀ ਤੰਗ ਆ ਚੁੱਕੀ ਹੈ? ਨਹੀਂ ਜੀ, ਆਏ ਨੀ ਤਾਂ ਆ ਜਾਊਗੀ ਤੰਗ। ਉਹਨਾਂ ਨੇ ਵੋਟ ਪਾ ਕੇ ਸਾਰਿਆਂ ਨੂੰ ਜਿਤਾਇਆ, ਦੇ ਡਿਜ਼ਰਵ ਇਟ। ਕਈ ਮੁੱਦੇ ਨੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ, ਤੁਸੀਂ ਵੀ ਬਾਰ ਬਾਰ ਇਹੀ ਕਹਿੰਦੇ ਹੋ ਕਿ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ, ਰਾਜਨੀਤੀ ਛੱਡ ਕੇ। ਬਿਲਕੁਲ, ਕੋਈ ਵੀ ਹੋ, ਮੈਨੇ ਤਾਂ ਕਿਤਨੇ ਕਾਂਗਰਸ ਕਾਉਂਸਲਰਸ ਕੇ ਵਾਰਡਸ ਮੇ ਇਤਨਾ ਕੁਛ ਬਨਵਾਇਆ ਹੈ, ਕਿਉਂਕਿ ਉਧਰ ਲੋਕ ਰਹਿਤੇ ਹੈ ਚੰਡੀਗੜ੍ਹ ਕੇ, ਵੋ ਉਨਕੇ ਲਈ ਹੈ ਵੋ ਚੀਜ਼ੇ, ਤੋ ਬਨਵਾਨੀ ਚਾਹੀਏ ਹਮਕੋ, ਇਸਮੇ ਥੋੜੀ ਪਾਰਟੀਬਾਜ਼ੀ ਕਰਨੀ ਹੈ। ਮੈਮ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੂੰ ਲੈ ਕੇ ਲਗਾਤਾਰ ਡਿਵੈਲਪਮੈਂਟ ਦੀ ਤੁਸੀਂ ਵੀ ਗੱਲ ਕੀਤੀ ਕਿ ਨਾਰੇਬਾਜ਼ੀ ਨਾ ਕਰੋ, ਸ਼ਹਿਰ ਦੀ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ। ਵੈਰੀ ਰਾਈਟ, ਨਾਰਿਆਂ ਨਾਲ ਕੀ ਹੁੰਦਾ? ਤੁਸੀਂ ਜਵਾਨੀ ਦੇ ਵੀ ਗੱਲ ਕੀਤੀ ਸੀ ਗੁਰਪ੍ਰੀਤ ਗਾਬੀ, ਕਿ ਜਵਾਨ ਨਾਲ ਕੁਛ ਨਹੀਂ ਹੁੰਦਾ, ਮੈਂ ਬਹੁਤ ਦੇਖੀ। ਨਹੀਂ ਉਹਦਾ ਗਲਾ ਖਰਾਬ ਸੀ, ਮੈਂ ਕਿਹਾ ਉਹਦਾ ਗਲਾ ਖਰਾਬ ਹੋਣਾ, ਗੋਲੀ ਗੋਲੀ ਖਵਾ ਦਿਓ, ਕਿੰਨੇ ਕੋ ਨਾਰੇ ਲਾਏ ਉਸ ਮੁੰਡੇ ਨੇ। ਫਿਰ ਕਹਿੰਦਾ ਕੋਈ ਗੱਲ ਨੀ ਜਵਾਨ ਹੈ, ਮੈਂ ਕਿਹਾ ਜਵਾਨ ਤੇ ਬੁੱਢੇ ਦੀ ਗੱਲ ਨੀ ਹੈਗੀ, ਮੈਂ ਬਹੁਤ ਬੁੱਢਿਆਂ ਨੂੰ ਵੀ ਨਾਰੇ ਲਾਉਂਦੇ ਦੇਖਿਆ। ਕਿਰਨ ਮੈਮ ਕਿਸ ਤਰ੍ਹਾਂ ਵੇਖਦੇ ਹੋ, ਕਿਉਂਕਿ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਬੀਜੇਪੀ ਦੇ ਕਾਉਂਸਲਰ, ਆਮ ਆਦਮੀ ਪਾਰਟੀ ਕਾਉਂਸਲਰ ਇੱਥੇ ਜਾ ਰਹੇ ਹੈ, ਫਿਰ ਉੱਧਰ ਜਾ ਰਹੇ ਹੈ। ਹੈਡੇਕ, ਮੈਂ ਇਹਦੇ ਤੇ ਕਮੈਂਟ ਵੀ ਨੀ ਕਰਨਾ ਚਾਹੁੰਦੀ ਤੇ ਕੁਛ ਕਹਿਣਾ ਵੀ ਨੀ ਚਾਹੁੰਦੀ। ਮੈਨੂੰ ਤਾਂ ਤੁਸੀਂ ਮਾਫ਼ ਹੀ ਕਰੋ, ਤੰਗ ਆ ਗਈ ਆ ਮੈਂ, ਛੱਡੋ ਪਰੇ। ਲੱਗਦਾ ਨਹੀਂ ਮੈਮ ਚੰਡੀਗੜ੍ਹ ਦੀ ਜਨਤਾ ਵੀ ਤੰਗ ਆ ਚੁੱਕੀ ਹੈ? ਨਹੀਂ ਜੀ, ਆਏ ਨੀ ਤਾਂ ਆ ਜਾਊਗੀ ਤੰਗ। ਉਹਨਾਂ ਨੇ ਵੋਟ ਪਾ ਕੇ ਸਾਰਿਆਂ ਨੂੰ ਜਿਤਾਇਆ, ਦੇ ਡਿਜ਼ਰਵ ਇਟ। ਕਈ ਮੁੱਦੇ ਨੇ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ, ਤੁਸੀਂ ਵੀ ਬਾਰ ਬਾਰ ਇਹੀ ਕਹਿੰਦੇ ਹੋ ਕਿ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਚਾਹੀਦੀ, ਰਾਜਨੀਤੀ ਛੱਡ ਕੇ। ਬਿਲਕੁਲ, ਕੋਈ ਵੀ ਹੋ, ਮੈਨੇ ਤਾਂ ਕਿਤਨੇ ਕਾਂਗਰਸ ਕਾਉਂਸਲਰਸ ਕੇ ਵਾਰਡਸ ਮੇ ਇਤਨਾ ਕੁਛ ਬਨਵਾਇਆ ਹੈ, ਕਿਉਂਕਿ ਉਧਰ ਲੋਕ ਰਹਿਤੇ ਹੈ ਚੰਡੀਗੜ੍ਹ ਕੇ, ਵੋ ਉਨਕੇ ਲਈ ਹੈ ਵੋ ਚੀਜ਼ੇ, ਤੋ ਬਨਵਾਨੀ ਚਾਹੀਏ ਹਮਕੋ, ਇਸਮੇ ਥੋੜੀ ਪਾਰਟੀਬਾਜ਼ੀ ਕਰਨੀ ਹੈ।